ਰੇ ਤੈਨੂੰ ਵੀ ਕੁਝ ਭੈਣ ਦਾ ਖਿਆਲ ਆਇਆ। ਮਾਂ ਬਸ ਮੈਨੂੰ ਛੇਤੀ ਨਾਲ ਕੱਪੜੇ ਬੰਨ ਦੇ, ਮੈਂ ਸ਼ਹਿਰ ਚੱਲਿਆ। ਆਹੋ ਕਿਉਂ ਪੁੱਤਰਾ? ਨੌਕਰੀ ਕਰਨ। ਮੈਂ ਨੌਕਰੀ ਕਰ ਕੇ ਨਾ ਤੇ ਆਪਣੀ ਭੈਣ ਨੂਰੀ ਦਾ ਵਿਆਹ ਕਰਨਾ। ਨਹੀਂ ਲਾਲਾ, ਮੈਂ ਤੈਨੂੰ ਨਹੀਂ ਜਾਣ ਦੇਣਾ। ਆਹੋ ਉਹ ਨਹੀਂ ਨੂਰੀਆ, ਨਹੀਂ। ਹੁਣ ਮੈਨੂੰ ਮਾਂ ਵੀ ਰੋਕੇ ਨਾ ਤੇ ਮੈਂ ਨੀ ਰੁਕਣਾ। ਉਹ ਇਸ ਲਈ ਕਿ ਮੇਰੀ ਕਿਸੇ ਨੇ ਗੈਰਤ ਜਗਾ ਦਿੱਤੀ ਏ। ਮਾਂ ਮੈਨੂੰ ਛੇਤੀ ਨਾਲ ਤੂੰ ਤਿਆਰ ਕਰ ਦੇ, ਮੈਂ ਬਸ ਹੁਣੇ ਜਾਣਾ, ਮੈਂ ਨੀ ਇੱਥੇ ਰੁਕਣਾ। ਬਸ ਆਹੋ ਰੱਬ ਖੈਰ ਨਾਲ ਲਿਆਵੇ ਤੇ ਖੈਰ ਨਾਲ ਲਿਆਵੇ। ਲਾਲਾ ਆਪਣੀ ਖੈਰ ਖਰੀਏ ਤਾਂ ਖਤ ਜ਼ਰੂਰ ਲਿਖਿਆ ਕਰੇ। ਉਹ ਮਾਂ ਤੈਨੂੰ ਖਤ ਜ਼ਰੂਰ ਲਿਖਾਂਗਾ ਨੂਰੀਏ, ਤੂੰ ਫਿਕਰ ਨਾ ਕਰੀ ਕਿਸੇ ਕਿਸਮ ਦਾ ਵੀ। ਪਰ ਇੱਕ ਗੱਲ ਮੇਰੀ ਯਾਦ ਰੱਖੀ, ਉਹ ਮੇਰੀ ਮਾਂ ਨੂੰ ਪਿੱਛੋਂ ਉਦਾਸ ਨਾ ਆਉਣ ਦੇ। ਅੱਛਾ ਚੰਗਾ ਮਾਂ ਜੀ, ਫਿਰ ਰੱਬ ਹੀ ਰਾਖਾ ਜੇ। ਮੈਂ ਸੁਣਿਆ ਤੂੰ ਸ਼ਹਿਰ ਤੁਰ ਚੱਲਿਆ। ਓ ਆਹੋ ਸ਼ਹਿਰ ਚੱਲਿਆ ਵਾ ਨੌਕਰੀ ਕਰਨ, ਕੋਈ ਫਾਇਦਾ ਲੱਗਣ ਤੇ ਨਹੀਂ ਨਾ ਜਾ ਰਿਹਾ, ਤੇ ਨਾਲੇ ਤੂੰ ਕਿਉਂ ਘਬਰਾ ਗਈ ਰਾਣਾ? ਤੂੰ ਪਰਦੇਸ਼ ਤੁਰ ਚੱਲਿਆ, ਮੈਂ ਘਬਰਾਵਾਂ ਨਾ ਤੇ ਹੋਰ ਕੀ ਕਰਿਆ ਰਿਹਾ? ਬਸ ਰਾਣਾ ਬਸ, ਮੇਰਾ ਰਸਤਾ ਨਾ ਡੱਕੀਆਂ, ਉਹ ਤੈਨੂੰ ਦੱਸ ਦਿੱਤਾ ਈ, ਬਾਕੀ ਜੋ ਦਿਲ ਕਰੀ ਕਰ ਲਈ। ਕੀ ਗੱਲ ਹੈ ਭਾਈ? ਅੱਛਾ ਜੀ ਐਲਾ ਜੀ, ਉਹ ਮੇਰਾ ਉੱਤਾ, ਉਹ ਮੇਰਾ ਉੱਤਾ ਕਿੱਥੇ ਰਹਿ ਗਿਆ? ਉਹ ਕੌਣ ਚੜਾ ਗਿਆ ਮੇਰਾ ਉੱਤਾ? ਤੇਰਾ ਉੱਤਾ ਕਿੱਥੇ ਗਏ? ਸਾਨੂੰ ਕੀ ਪਤਾ, ਚੱਲ ਪੜਾ ਉਹ। ਗੋਲੀ ਬਾਸ, ਸਾਡੀ ਇਨਕਮ ਬਹੁਤ ਘੱਟ ਗਈ ਹੈ ਤੇ ਖਰਚਾ ਵੀ ਬਹੁਤ ਵੱਧ ਗਿਆ। ਬਾਸ ਮੇਰਾ ਖਿਆਲ ਹੈ ਕੁਝ ਦਿਨ ਲਈ ਮਰੇ ਚੱਲੀਏ, ਸਾਰਿਆਂ ਸ਼ਹਿਰਾਂ ਦੇ ਰਈਸ ਗਰਮੀ ਗੁਜ਼ਾਰਨ ਮਰੇ ਜਾਂਦੇ ਨੇ। ਇਸ ਵੇਲੇ ਮਰੀ ਆਪਣੇ ਪੂਰੇ ਸ਼ਬਾਬ ਤੇ ਹੋ ਗਈ। ਤੂੰ ਠੀਕ ਸੋਚਿਆ ਰੂਬੀ, ਅਸੀਂ ਕੱਲ ਹੀ ਮਰੀ ਜਾਵਾਂਗੇ ਤੇ ਮਰੀ ਦਾ ਸਾਰਾ ਸ਼ਬਾਬ ਸਮੇਟ ਕੇ ਲੈ ਆਵਾਂਗੇ। ਤੈਨੂੰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਮਾਰੀ ਜਾਣਾ ਚਾਹੀਦਾ ਸੀ। ਜਿਸ ਸ਼ਹਿਰ ਦੇ ਵਿੱਚ 118 ਗਰਮੀ ਪੈਂਦੀ ਹੋਵੇ ਉੱਥੇ ਏਅਰ ਕੰਡੀਸ਼ਨ ਤੋਂ ਬਗੈਰ ਜ਼ਿੰਦਾ ਕਿਸਰਾ ਕੋਈ ਰਹਿ ਸਕਦਾ ਹੈ? ਮੈਂ ਲੋਗੋ ਇਸ ਮੁੰਡੇ ਦਾ ਕਫਨ ਦਫਨਵਾ
ਲਿਆ ਮੌਲਾ, ਤੇਰੇ ਰੰਗ ਵੀ ਨਿਰਾਲੇ ਨੇ, ਲੈ ਵੀ ਪਾ ਲਿਆ, ਸ਼ਹਿਰ ਵਾਲਿਆਂ ਨੂੰ ਤੇਰੀ ਪੱਗ ਦੀ ਲੋੜ ਵੀ ਪੈ ਗਈ। ਮਾਂ ਜੀ, ਉਹ ਮਾਂ ਜੀ, ਇੰਨੀ ਉੱਚੀ ਨਾ ਰਹੋ ਕਿ ਮੁਰਦੇ ਨੂੰ ਤਕਲੀਫ ਹੋਵੇ, ਇਹ ਪੱਗ ਮੇਰੇ ਮੋਏ ਪਿਓ ਦੀ ਨਿਸ਼ਾਨੀ ਹੈ। ਲੋ ਇਹਦਾ ਕਫਨ ਬਣਾ ਲਓ ਤੁਸੀਂ, ਇਹ ਲੋ ਪੂਰਾ ਕਫਨ ਦਾ ਟੋਟਾ ਹੀ ਜੀ। ਲੋ ਕਫਨ ਤੇ ਸਵਾਲ ਲਾਂਗੀ ਪੁੱਤਰਾ, ਤੇ ਗੋਖਾਨ ਦਾ ਖਰਚਾ, ਤੇ ਮਸ਼ਹੂਰ ਕਿੱਥੋਂ ਲਿਆਵਾਂਗੀ? ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਮੌਤ ਵੀ ਬੜੀ ਮਹਿੰਗੀ ਹੈ। ਅੱਛਾ ਮਾਂ ਜੀ, ਮੇਰੇ ਕੋਲ 50,000 ਰੁਪਇਆ ਦਾ ਨੋਟ ਜੇ, ਇਹ ਜੋ 25 ਤੁਸੀਂ ਰੱਖ ਲੈਣਾ ਤੇ 25 ਮੈਨੂੰ ਦੇ ਦੇਣਾ। ਐ ਲਓ, ਉਹਦੇ ਨਾਲ ਮੈਂ ਵੀ ਕੋਈ ਕਾਰੋਬਾਰ ਕਰ ਲਾਂਗਾ, ਪਰਦੇਸੀ ਜੋ ਹੋਇਆ। ਅੱਲਾ ਤੁਹਾਡਾ ਵੀ ਭਲਾ ਕਰੇ ਮਾਂ ਜੀ। ਕੀ ਹੋ ਗਿਆ? ਤੁਸੀਂ ਅਮੀਰ ਲੋਕ ਗਰੀਬਾਂ ਨੂੰ ਕਿੱਥੇ ਆਉਂਦੇ ਮਾਰ? ਨਹੀਂ, ਮੇਰਾ ਤੇ ਕੋਈ ਕਸੂਰ ਨਹੀਂ, ਮੈਂ ਹਸਪਤਾਲ ਲੈ ਜਾਂਦੀ ਹਾਂ, ਅੱਗੇ 25 ਕਰਾ ਕੇ ਇਹਨੂੰ ਘਰ ਛੱਡ ਆਵਾਂਗੀ। ਤੁਸੀਂ ਜਦ ਦਿਨ ਚੁੱਕੇ ਮੇਰੀ ਗੱਡੀ ਪਾ ਦਿਓ। ਸਾਰੀ ਸਮਾਂ ਮੁੱਕ ਜਾਣਗੀਆਂ, ਚਲ ਬੇਸ਼ੱਕ।
ਚਰਬੀ ਚੜੀ ਹੈ ਗਰੀਬਾਂ ਨੂੰ ਇਨਸਾਨ ਹੀ ਨਹੀਂ ਸਮਝਦੇ। ਤੁਸੀਂ ਇਸ ਤਰ੍ਹਾਂ ਰੌਲਾ ਪਾਉਂਦੇ ਰਹੇ ਤੇ ਵਿਚਾਰੀ ਮਰ ਜਾਏਗੀ। ਉਹ ਕੁਛ ਮੇਰੀ ਵੀ ਤੇ ਸੁਣੋ, ਉਹ ਮੈਂ ਹਸਪਤਾਲ ਲੈ ਕੇ ਜਾਵਾਂਗਾ, ਇਹਦਾ ਇਲਾਜ ਕਰਵਾਵਾਂਗਾ, ਇਹਨੂੰ ਰੋਟੀ ਦਿਆਂਗਾ, ਕੱਪੜਾ ਦਿਆਂਗਾ, ਇਹ ਮਕਾਨ ਲਿਆਂਗਾ, ਮੈਂ ਇਹਨੂੰ ਨਲਕਾ ਲਵਾ ਦਿਆਂਗਾ। ਤੁਸੀਂ ਮੇਰੀ ਹੈਲਪ ਕਰੋ, ਇਹਨੂੰ ਚੁੱਕੋ ਹਸਪਤਾਲ ਲੈ ਚੱਲੀ। ਉਹ ਚੁੱਕੋ, ਚੁੱਕ ਚੁੱਕ ਲੈ, ਸ਼ਾਬਾਸ਼ ਸ਼ਾਬਾਸ਼। ਚਲੋ, ਔਰ ਮੇਰੀ ਗੱਡੀ ਕਿੱਥੇ ਗਈ? ¶¶
ਜੀਰਾ ਆ ਜੀਰਾ ਹੋਸ਼ ਕਰ ਓ ਸੱਟਾ ਜੇ ਮੇਰੀ ਬੀਵੀ ਨੂੰ ਬੁਝਾ ਕੇ ਤੇ ਮੈਂ ਤੈਨੂੰ ਫਾਹ ਲਵਾ ਲਿਆ ਵਾ ਆ ਜੀਰਾ ਆ ਜੀਰਾ ਲਗਾ ਇਹਨੂੰ ਕੀ ਜੀ ਜੀਰਾ ਜੀ ਮੇਰੇ ਮਰਨ ਤੋਂ ਬਾਅਦ ਦੂਜੀ ਸ਼ਾਦੀ ਜ਼ਰੂਰ ਕਰੀ ਮੈਂ ਨਹੀਂ ਕਰ ਸਕਦਾ ਜੀਰਾ ਜੀ ਮੇਰੇ ਨਾਲ ਵਾਦਾ ਕਰ ਮੇਰੇ ਸਾਹ ਬਹੁਤ ਥੋੜੇ ਰਹਿ ਗਏ ਨੇ ਤੂੰ ਦੂਜੀ ਸ਼ਾਦੀ ਜ਼ਰੂਰ ਕਰੀ ਓ ਜੀਰਾ ਜੀ ਜੀਰਾ ਜੀ ਦੂਜੀ ਸ਼ਾਦੀ ਜ਼ਰੂਰ ਕਰੇਗਾ ਜੀਰਾ ਜੀ ਮੈਂ ਤੁਹਾਡੇ ਨਾਲ ਵਾਦਾ ਕਰਨਾ ਵਾ ਪਰ ਇਸ ਮਹਿੰਗਾਈ ਦੇ ਜ਼ਮਾਨੇ ਚ ਦੂਜੀ ਸ਼ਾਦੀ ਤੇ 50,000 ਰੁਪਇਆ ਲੱਗਦਾ ਮੇਰੇ ਨਾਲ ਵਾਦਾ ਕਰ ਦੂਜੀ ਸ਼ਾਦੀ ਜ਼ਰੂਰ ਕਰੇ ਜੀਰਾ ਜੀ ਉਹ ਸੱਠਾ ਗੱਡੀ ਲਾ ਕੇ ਮੇਰੀ ਬੀਵੀ ਮਰ ਗਈ ਆ ਕੀ ਗੱਲ ਹੈ ਭਾਜੀ ਮੇਰੀ ਬੀਵੀ ਮਰ ਗਈ ਆ ਮੈਂ ਤੁਹਾਨੂੰ ਚਾਹਣਾ ਮਰਦਾ ਮਰ ਗਈ ਹੈ ਤੇਰੇ ਛੱਡ ਅਬੇ ਤਬਾਹ ਹੋ ਜਾਗਾ ਅਬੇ ਮੈਂ ਜਮਨ ਬਾਹੂਗਾ ਮੈਂ ਅਬੇ ਮੈਂ ਜਾਗਾ ਨਹੀਂ ਮੈਨੂੰ ਥਾਰੇ ਦਾ ਲੱਗ ਜਾ ਤੂੰ ਕੱਸ ਮੇਰੀ ਗੱਲ ਇਹੀ ਕੱਸ ਤੂੰ ਆਪਣੀ ਬੀਵੀ ਦੀ ਖਾਹਿਸ਼ ਨਹੀਂ ਪੂਰੀ ਕਰੇਗਾ ਇਹਦਾ ਮਤਲਬ ਆ ਰਿਹਾ ਕਿ ਮੈਂ ਦੂਜੀ ਸ਼ਾਦੀ ਕਰ ਲਾਂ ਆਹੋ ਦੂਜੀ ਸ਼ਾਦੀ ਕਰ ਲੈ ਉਹਨੂੰ ਚੈਨ ਮਿਲ ਜਾਗਾ ਹੁਣ ਤੇਰੇ ਨਾਲ ਮੁਹੱਬਤ ਹੀ ਕੀ ਸਿੱਧਾ ਹੈ ਪਰ ਅੱਜ ਕੱਲ੍ਹ ਦੇ ਮਹਿੰਗਾਈ ਦੇ ਸਵਾਲੇ ਮੈਂ 50,000 ਰੁਪਇਆ ਕਿੱਥੋਂ ਲੈ ਕੇ ਆਵਾਂਗਾ ਓਏ ਮੈਂ ਦੇਖਾਂ 50,000 ਰੁਪਏ ਮੈਂ ਕਿਉਂ ਦੇਗਾ ਮੈਂ ਤੇਰੇ ਕੱਪੜੇ ਕੌਣ ਬਣਾਏਗਾ ਉਹ ਕੱਪੜੇ ਵੀ ਮੈਂ ਬਣਾਵਾਂਗਾ ਤਾਂ ਤੇਰੇ ਦੇਗਾ ਕੌਣ ਪਕਾਏਗਾ ਉਹ ਦੇਗਾ ਤੇਰਾ ਪਿਓ ਪਕਾ ਲਏਗਾ ਤੇਰੇ ਗੱਲ ਹੈ ਰਸੂਗੜ ਭਾਈ ਜਾਨ ਜੀ 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 ਦੱਸ ਮੇਰੀ ਖਾਹਿਸ਼ ਕੀ ਖਾਹਿਸ਼ ਛੇਤੀ ਦੱਸ ਮੈਂ ਆਪਣੀ ਬੀਵੀ ਨੂੰ ਬਕਸੇ ਚ ਬੰਦ ਕਰਕੇ ਲਾ ਤੇ ਦਫ਼ਨ ਕਰਾਂਗਾ ਉਹ ਮੇਰੇ ਵੱਲ ਪਾਉਣ ਨੂੰ ਨਸਵਾਰ ਦੀ ਡੱਬੀ ਚ ਬੰਦ ਕਰ ਜਿਸ ਤਰ੍ਹਾਂ ਤੂੰ ਕਹੇਗਾ ਉਸ ਤਰ੍ਹਾਂ ਮੈਂ ਰਾਜ਼ੀ ਹਾਂ ਠੀਕ ਹੈ ਆਜਾ ਆਜਾ ਛੇਤੀ ਕਰ ਕੁਝ ਸਾਰੇ ਤੇ ਇਹਨੂੰ ਜਾ ਕੇ ਦੱਸਣਾ ਤੇ ਪੈਸੇ ਲਿੱਤੇ ਬਗੈਰ ਨਾ ਛੱਡੀ ਉਹਨੂੰ ਸਮਝ ਆਈ ਨਾ ਉਹ ਜੀ ਮੈਂ ਦੱਸਾਂਗੀ ਪਰ ਇਹ ਦੱਸੋ ਤੁਸੀਂ ਕਿ ਮੈਂ ਮੰਡੂਆ ਠੀਕ ਕੀਤਾ ਨਾ ਬਿਲਕੁਲ ਆ
ਛੇਤੀ ਟੋਇਆ ਕੱਢ, ਕੋਈ ਵੇਖ ਨਾ ਲਵੇ। ਸਬਰ ਕਰ, ਸਬਰ ਕਰ, ਸਬਰ ਕਰ। ਮੈਂ ਕਿਹਾ ਲਾਸ਼ ਨੂੰ ਬਕਸੇ ਚ ਬੰਦ ਕਰਕੇ ਤਾਲਾ ਮਾਰ ਲਿਆ, ਚਾਬੀ ਨੂੰ ਖੂਜ ਸੁੱਟ ਦੇਵੀ, ਜੇਗੂ ਨਾਲ ਬੰਦ ਮੈਂ ਪਰਨਾਲੇ ਚ ਸੁੱਟ ਦਿਆ। ਸਬਰ ਕਰ, ਰੋਣ ਦਾ ਕੋਈ ਫਾਇਦਾ ਨਹੀਂ, ਦਿਲ ਤੇ ਜਬਰ ਕਰ। ਮੈਂ ਕਿਹਾ ਇਹ ਲਾਸ਼ ਹਲਕੀ ਕਿਉਂ ਹੋ ਗਈ ਹੈ? ਗੋਰਕੰਦ ਭਾਈ ਜਾਨ, ਮਰਨ ਤੋਂ ਬਾਅਦ ਗਰੀਬ ਬੰਦਾ ਹਲਕਾ ਹੋ ਜਾਂਦਾ। ਹਲਕਾ ਸਾਰੀ ਬੇਟੀ ਮੇਰੇ ਪਾਈ ਜਾਣੇ ਕੀ ਪੁਰਾਣੇ ਚੁੱਲ੍ਹੇ ਵਰਗਾ ਬੂਹੇ ਦੇਵਾ। ਤੂੰ ਬਹੁਤਾ ਨਾ ਰੋ। ਸਬਰ ਕਰਨਾ ਚਾਹ, ਆ ਜਾ। ਪੈਸੇ ਕੈਸੇ? ਫਾਂਸੀ, ਫਾਂਸੀ ਆ ਦੇਣਾ, ਤੈਨੂੰ ਪੈਸੇ ਦੇਣਾ, ਆ ਮੈਂ ਤੈਨੂੰ ਸਾਰੀ ਰਕਮ ਦੇ ਦੇਣਾ। ਚਲੋ ਆ ਜਾ। ਅੱਟਾ ਨਾ, ਮੇਰਾ ਵਿਆਹ ਮੇਮ ਸਾਹਿਬ ਜੀ। ਓਹੋ, ਉਹ ਸ਼ਾਦੀ ਝੂਠੀ ਮੁੱਠੀ ਦੀ ਹੋਵੇਗੀ। ਬਸ ਮੈਂ ਤੈਨੂੰ ਜਿਸ ਤਰ੍ਹਾਂ ਕਹਿੰਦੀ ਹਾਂ ਤੂੰ ਉਸੇ ਤਰ੍ਹਾਂ ਕਰੀ ਜਾ। ਮੈਂ ਸ਼ਹਿਰ ਦੇ ਸਭ ਤੋਂ ਵੱਡੇ ਗਰੁੱਪੀ ਮੁਨਵਰ ਨੂੰ ਉਸ ਸਾਮੀ ਵੱਲ ਭੇਜ ਦਿੱਤਾ ਤੇ ਉਹਨੇ ਸਾਰਾ ਇੰਤਜ਼ਾਮ ਕਰ ਦਿੱਤਾ ਹੋਣਾ।